ਫਤਿਹ ਜੀ ਦਰਬਾਰ ਸਾਹਿਬ ਪਹੁੰਚੋ ਕੀ ਮਕਸਦ ਹੈ ਵੇਖੋ ਜੀ ਮਕਸਦ ਬੜਾ ਸੋਹਣਾ ਵਾ ਤੇ ਗੁਰੂ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਆ ਵੀ ਨੌਜਵਾਨ ਆਗੂ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਬਹੁਤ ਸੋਹਣਾ ਇੱਕ ਉਪਰਾਲਾ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ ਜਿਹਦੇ ਵਿੱਚ ਖਾਲਸਾ ਹੀ ਵਹੀਰ ਦਾ ਨਾਮ ਦਿੱਤਾ ਗਿਆ ਵਾ ਜੋ ਕਿ ਵੱਖ ਵੱਖ ਪਿੰਡਾਂ ਦੇ ਵਿੱਚ ਹੁੰਦਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਜਾਵੇਗਾ ਉਸ ਤੋਂ ਬਾਅਦ ਸ਼੍ਰੀ ਦਮਦਮਾ ਸਾਹਿਬ ਜਾ ਕੇ ਸਮਾਪਤੀ ਹੋਣੀ ਹੈ ਬੇਨਤੀ ਇਹੀ ਆ ਵੀ ਇਹ ਖਾਲਸਾ ਹੀ ਵੀਰ ਦਾ ਹਿੱਸਾ ਬਣੀਏ ਜਿੰਨੀਆਂ ਵੀ ਜਥੇਬੰਦੀਆਂ ਨੇ ਆਪਣੇ ਪੱਧਰ ਦੇ ਉੱਤੇ ਜੋ ਵਿਚਰਦੀਆਂ ਨੇ ਮੈਨੂੰ ਲੱਗਦਾ ਵੀ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਆਪਣੇ ਸਿਸਟਮ ਤੋਂ ਉੱਪਰ ਉੱਠ ਕੇ ਇਹਦਾ ਹਿੱਸਾ ਬਣਨ ਦੀ ਲੋੜ ਆ ਕਿਉਂਕਿ ਮਕਸਦ ਤਾਂ ਆਪਣਾ ਗੁਰਮਤ ਦਾ ਪ੍ਰਚਾਰ ਅਤੇ ਪ੍ਰਸਾਰ ਆ ਅਤੇ ਜੇ ਕੋਈ ਅੱਗੇ ਲੱਗ ਕੇ ਇਸ ਨੂੰ ਵੱਡੇ ਪੱਧਰ ਦੇ ਉੱਤੇ ਕਰਨ ਜਾ ਰਿਹਾ ਤਾਂ ਆਪਾਂ ਨੂੰ ਹਿੱਸਾ ਬਣਨਾ ਚਾਹੀਦਾ ਸੋ ਬਹੁਤ ਸੋਹਣਾ ਉਪਰਾਲਾ ਵਾ ਆਸ ਕਰਦੇ ਹਾਂ ਵੀ ਇਹ ਚੜ੍ਹਦੀ ਕਲਾ ਨਾਲ ਕਾਰਜ ਹੋਊਗਾ ਜੀ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਨੇ ਉਹ ਸ਼ਸਤਰ ਜਿਹੜੇ ਨੇ ਉਹ ਉੱਥੇ ਪ੍ਰਕਾਸ਼ ਨੇ ਸ਼ਸਤਰ ਸਿੱਖ ਦਾ ਹਿੱਸਾ ਵਾ ਇਹ ਕਦੇ ਵੀ ਨਹੀਂ ਅਲੱਗ ਹੋ ਸਕਦਾ ਜਿਹੜੇ ਇਹ ਲੋਕ ਗੱਲਾਂ ਕਰਦੇ ਨੇ ਇਹ ਖੁਦ ਜਾ ਕੇ ਤਰਲੇ ਘੜ ਘੜ ਸਿਕਿਉਰਟੀਆਂ ਲੈਂਦੇ ਨੇ ਜੇ ਉਹ ਤੁਸੀਂ ਸ਼ਸਤਰ ਹੀ ਲੈਣੋ ਵੀ ਤਾਂ ਸਮੇਂ ਦੇ ਲਾਇਸੈਂਸ ਹੀ ਹਥਿਆਰ ਰੱਖਣਾ ਕੋਈ ਜੁਰਮ ਨਹੀਂ ਹੈਗਾ ਨਾ ਸਰਕਾਰ ਅਲਾਓ ਕਰਦੀ ਹੈ ਨਾ ਸੰਵਿਧਾਨ ਦੇ ਵਿੱਚ ਜੇ ਸਰਕਾਰਾਂ ਲਾਇਸੈਂਸ ਬਣਾਉਂਦੀਆਂ ਤਾਂ ਕੋਈ ਹਥਿਆਰ ਲੈਂਦਾ ਨਾ ਅਤੇ ਲਾਇਸੈਂਸ ਬਣਾਉਣ ਤੋਂ ਬਾਅਦ ਹਥਿਆਰ ਘਰ ਤਾਂ ਰੱਖ ਨਹੀਂ ਸਕਦੇ ਆਪਾਂ ਆਪਣੀ ਸੇਫਟੀ ਵਾਸਤੇ ਲੈਂਦੇ ਹਾਂ ਅਤੇ ਨਾਲ ਰੱਖਾਂਗੇ ਨਾ ਅਤੇ ਇਹ ਲੋਕ ਤਾਂ ਖੁਦ ਜਿਹੜੇ ਇਹਨਾਂ ਕੋਲ ਲਾਇਸੈਂਸ ਹੀ ਹਥਿਆਰ ਨਹੀਂ ਹੈਗੇ ਅਤੇ ਕੀ ਇਹ ਲਾਇਸੈਂਸ ਹੀ ਹਥਿਆਰ ਲੈ ਕੇ ਅੱਛਾ ਸਾਡਾ ਜੇ ਕੋਈ ਸਿੱਖ ਲਾਇਸੈਂਸ ਹੀ ਹਥਿਆਰ ਰੱਖੂਗਾ ਨਾ ਜੁਰਮ ਨਹੀਂ ਕਰੂ ਕਿਸੇ ਦੇ ਉੱਤੇ ਜੋ ਮੈਂ ਜਾਣਦਾ ਹੁਣ ਤੱਕ ਅਸੀਂ ਦੇਖਿਆ ਪਰ ਇਹ ਲੋਕ ਕੀ ਕਰਦੇ ਨੇ ਆਪਾਂ ਜਾਣਦੇ ਹੀ ਹਾਂ ਹਥਿਆਰ ਰੱਖ ਕੇ ਸਿਕਿਉਰਟੀਆਂ ਲੈ ਕੇ ਠੱਗੀਆਂ ਮਾਰਦੇ ਨੇ ਠੱਗੀਆਂ ਮਾਰਨੀਆਂ ਲੋਕਾਂ ਨਾਲ ਧੱਕਾ ਕਰਨਾ ਜ਼ਮੀਨਾਂ ਦੇ ਕਬਜ਼ੇ ਇਹਨਾਂ ਲੋਕਾਂ ਦਾ ਕੰਮ ਇਹੀ ਹੈ ਕੋਈ ਆਪਣੇ ਸਮਾਜ ਦੇ ਭਲੇ ਵਾਸਤੇ ਦਾ ਕੰਮ ਨਹੀਂ ਕਰਦੇ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਨਹੀਂ ਵੀ ਇਹਨਾਂ ਲੋਕਾਂ ਦਾ ਹੱਕ ਬਣਦਾ ਇਹ ਸਾਡੇ ਕਿਸੇ ਵੀ ਮਾਮਲੇ 'ਚ ਇੰਟਰਫੇਅਰ ਕਰਨ ਇਹਨਾਂ ਨੂੰ ਲੋੜ ਨਹੀਂ ਹੈਗੀ ਆਪਣਾ ਕੰਮ ਕਰਨ ਆਪਣੇ ਪ੍ਰਚਾਰ ਕਰਨ ਆਪਣੇ ਧਰਮ ਦਾ ਜੇ ਕਰ ਸਕਦੇ ਆ ਨਹੀਂ ਕਰ ਸਕਦੇ ਜੋ ਇਹ ਕਰਦੇ ਫਿਰਦੇ ਨੇ ਉਹ ਕਰਨ ਇਹ ਲੋਕ ਕੌਣ ਹੁੰਦੇ ਨੇ ਸਾਨੂੰ ਇਹ ਸਵਾਲ ਕਰਨ ਵੀ ਸ਼ਸਤਰ ਰੱਖਣਾ ਕਿ ਨਹੀਂ ਰੱਖਣਾ ਸੀ ਇੱਕ ਚੀਜ਼ ਬੜੀ ਕਲੀਅਰ ਆ ਇਹ ਇਹਨਾਂ ਲੋਕਾਂ ਨੂੰ ਬੜੀ ਸਮਝ ਲੈਣੀ ਚਾਹੀਦੀ ਆ ਵੀ ਸਿੱਖ ਦਾ ਜਿਹੜਾ ਵਾ ਉਹ ਹਿੱਸਾ ਵਾ ਸਰੀਰ ਦਾ ਸ਼ਸਤਰ ਸ਼ਸਤਰ ਤੋਂ ਬਿਨਾਂ ਜਿਹੜਾ ਵਾ ਉਹ ਗੁਰੂ ਪਾਤਸ਼ਾਹ ਦਾ ਫਰਮਾਨ ਆ ਕਿ ਬਿਨਾਂ ਸ਼ਸਤਰ ਕੇ ਸਿੰਘ ਨਰੰਗ ਭੇਟ ਜਾਨੋ ਇਸ ਕਰਕੇ ਇਹਨਾਂ ਲੋਕਾਂ ਨੂੰ ਇਹ ਸਮਝਣਾ ਪੈਣਾ ਵਾ ਵੀ ਸਿੱਖ ਪੰਥ ਦਾ ਜਿਹੜਾ ਇਤਿਹਾਸ ਅਤੇ ਵਿਰਸਾ ਫਲਸਫਾ ਕੀ ਆ ਇੱਦਾਂ ਦੀਆਂ ਬੇਫਾਲਤੂ ਗੱਲਾਂ ਕਰਕੇ ਐਵੇਂ ਇੱਦਾਂ ਪਬਲਿਸਿਟੀ ਲੈਣ ਵਾਲੀਆਂ ਗੱਲਾਂ ਆਉਂਦੀਆਂ ਨੇ ਵੀ ਜਾਣ ਬੁੱਝ ਕੇ ਕੋਈ ਮੁੱਦਾ ਛੇੜ ਦੇਣਾ ਮੀਡੀਆ ਦੇ ਵਿੱਚ ਆਪਣੇ ਆਪ ਨੂੰ ਲਿਆਉਣ ਵਾਸਤੇ ਇਹਨਾਂ ਨੂੰ ਵੀ ਪਤਾ ਇਸ ਗੱਲ ਦਾ ਵੀ ਇਹ ਜਿਹੜਾ ਵਾ ਰੁਕ ਨਹੀਂ ਸਕਦਾ ਲਾਇਸੈਂਸ ਹੀ ਹਥਿਆਰ ਰੱਖਣੇ ਜਾਂ ਅਮਰਤਪਾਲ ਸਿੰਘ ਦੇ ਨਾਲ ਜੀ ਆਪਾਂ ਗੱਲ ਕਰਦੇ ਨੇ ਜ਼ਿਆਦਾ ਇਹ ਵੀ ਉਹਨਾਂ ਨਾਲ ਗਨਮੈਨ ਨੇ ਹਥਿਆਰਬੰਦ ਅਤੇ ਕੀ ਉਹ ਮਾੜੀ ਗੱਲ ਆ ਕਿ ਆਪਣੇ ਕਿਸੇ ਲੀਡਰ ਨੂੰ ਪ੍ਰੋਟੈਕਟ ਕਰਨਾ ਕੋਈ ਗੁਨਾਹ ਥੋੜ੍ਹੀ ਆ ਇਸ ਕਰਕੇ ਸੋ ਇਹ ਫਾਲਤੂ ਦੀਆਂ ਗੱਲਾਂ ਨੇ ਕੋਈ ਪਰਵਾਹ ਵਾਲੀ ਗੱਲ ਨਹੀਂ ਹੈਗੀ ਚਲੋ ਠੀਕ ਹੈ ਚਲੋ।